ਪਿਛਲੇ ਦਿਨੀ ਅਫਗਾਨਿਸਤਾਨ ਵਿੱਚ ਹੋਏ ਅਤਵਾਦੀ ਹਮਲੇ ਵਿੱਚ 170 ਤੋਂ ਵੱਧ ਅਫਗਾਨ ਨਾਗਰਿਕਾਂ ਨਾਲ ਸ਼ਹੀਦ ਹੋਏ 13 ਅਮਰੀਕੀ ਫੌਜੀਆਂ ਨੂੰ ਨਿਊਯਾਰਕ ਦੇ ਲੌਂਗ ਆਇਲੈਂਡ ਵਿੱਚ ਕੈਂਡਲ ਲਾਈਟ ਪ੍ਰੋਗਰਾਮ ਕਰਕੇ ਸ਼ਰਤਾਂਜਲੀ ਭੇਟ ਕੀਤੀ ਗਈ। ਪੇਸ਼ ਹੈ ਨਿਊਯਾਰਕ ਤੋਂ ਮਨੀਸ਼ ਬਿਆਲਾ ਦੀ ਰਿਪੋਰਟ। India Association of Long Island ਦੇ ਸਹਿਯੋਗ ਸਦਕਾ ਫਿਲਮ ਡਾਇਰੈਕਟਰ ਪ੍ਰੋਡਿਊਸਰ ਮੁਕੇਸ਼ ਮੋਦੀ ਵੱਲੋਂ ਇੰਡੋ ਅਮਰੀਕਨ ਪਾਈਚਾਰੇ ਦੀਆਂ ਸ਼ਖਸੀਅਤਾਂ ਨਾਲ ਮਿਲ ਕੇ ਇੱਕ ਕੈਂਡਲ ਲਾਈਟ ਵਿਜ਼ਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਆਪਣੀ ਡਿਊਟੀ ਕਰਦੇ ਹੋਏ ਸ਼ਹੀਦ ਹੋਏ 13 ਅਮਰੀਕੀ ਫੌਜੀਆਂ ਦੀ ਆਤਮਿਕ ਸ਼ਾਂਤੀ ਲਈ ਓਮ ਸ਼ਾਂਤੀ ਦਾ ਪਾਠ ਕੀਤਾ ਗਿਆ ਇਸ ਮੁਕੇ NASA ਕਾਉਂਟੀ ਪੁਲਿਸ ਡਿਪਾਰਟਮੈਂਟ ਪੁਲਿਸ ਮੁਖੀ ਪੈਟ੍ਰਿਕ ਰਾਈਡਰ ਨੇ मुख्य तौर पर शमूलियत की थी तो इस दुख की कड़ी भारतीय अमरीकी भाईचारे वालों खड़न ते दुख सांझा साझा करवाद की हम लोग यहाँ पर जो भी अमेरिकन हीरोज हैं जिन्होंने जिनकी लाइफ गई है इन इन अफगानिस्तान के अंदर जो टेरिस अटैक हुआ है हम उसको ट्रिब्यूट देने के लिए यहाँ सब जमा हुए हैं और इंडियन अमेरिकन कम्युनिटी पूरे अमेरिका में ट्रिब्यूट दे रही है आज के दिन और हम लोग यहाँ सब जमा हुए इसी के लिए